हेलो गाइस, वेलकम बैक टू माय चैनल। आज मैं दोबारा मोटर पे आया हूँ। और बताओ गाइस, हमारा कुत्ता भी आया है। एक कुत्ता उसके साथ दोस्ती कर चुका है, बेस्ट फ्रेंड हो चुके हो गाइस। हमारे सब्सक्राइबर हो चुके हैं बहुत सारे। देखते क्या क्या भाई चैनल पे आप पे तेरी। मैं हूँ मोटर पे अभी। टाइम क्या हो रहा है? 12:01 वाला हो गया गाइस। बाकी के ना अपना ओदे ओदे ते गल चली जानी है बंदे। अब बताओ गाइस, आप लोग सब ठीक हो? दणिया समा रही है दादी। ओदा एग्रीमेंट है के ना, मेरे को तो फट गया। और नहीं करा है के नहीं नहीं करा है। ओ सुनो गाइस, मर करो चले चार जीरो सोच दादी सोच चुकने रह गए। दादी दादी सोच चुकने रह गए। सोच ਉਹਦੇ ਨਾ ਪੈਸੇ ਲੱਗਣੇ ਥੋੜੇ ਨਹੀਂ, ਅਸੀਂ ਤਾਂ ਇੰਨੇ ਲੈਣੇ ਆ। ਕਿਹਾ ਹੁਣ ਜਿਹੜਾ ਉਹਨੇ 32 ਲੱਖ ਰੁਪਇਆ ਲੈਣਾ ਕਹਿੰਦਾ ਉਹ ਆ ਵੀ ਜਾਏਗਾ। ਇਹ ਸਾਲ ਚੋਂ ਅੱਧੇ ਹੋਏ ਕਹਿੰਦਾ ਮੈਂ ਮੰਗਵਾਉਣਾ ਬੰਦਿਆਂ ਤੋਂ ਤਾਂ ਕਿ ਜੇ ਹੋਰ ਭਾਈ ਇੱਕ ਵੀ ਉਹੀ ਗੱਲਾਂ। ਆਪਕੋ ਵਧੀਆ ਵਧੀਆ ਬਲੌਗ ਮਿਲਤੇ ਰਹੇਗੇ ਹੀ ਚੈਨਲ ਪੇ ਨਾ। ਦੋ ਚ ਨਹੀਂ ਹੈਗਾ। ਬਤਾਓ ਗਾਇਸ, ਜਿਸ ਕਾ ਕਮੈਂਟ ਕਰ ਦੇਗਾ, ਜਿਸ ਜਿਸ ਚੀਜ਼ ਕਾ ਬਲੌਗ ਚਾਹੀਏ ਕੀ ਸਲਾਹ ਦੇ ਜਾਂ ਕੀ। ਮੇਰੇ ਬਾਪ ਬਲੌਗ ਡਾ ਚੁੱਕਿਆ, ਮੇਰੇ ਦੁੱਖ ਵੀ ਨਹੀਂ ਹੋ ਰਿਹਾ, ਖੁਸ਼ੀ ਵੀ ਹੋ ਰਹੀ ਹੈ। ਬਸ ਪਰਮਿਟ ਤੋਂ ਗਾਹਾਂ ਫੇਰ ਆ ਦੋ ਤਿੰਨ ਦਿਨ ਲੱਗੇ ਬਹੁਤ ਸ਼ੇਅਰ ਕਰਤੇ ਆਪ ਸੇ। ਉਹ ਦਵਾਉਣਾ ਕੀ ਨੇ ਆ ਤੀਜਾ ਕੰਮ ਐਰਟ ਕਰਨਾ ਹੈ। ਚੌਥਾ ਕੰਮ ਉਹਨੂੰ ਪਲੋੜ ਕਰਨਾ। ਪੰਜਵਾਂ ਕੰਮ ਰੇਟਿੰਗ ਕਰਨਾ, ਐਰਟ ਪਲੋੜ ਰੇਟਿੰਗ ਹੈ ਗਾਇਸ। ਅੱਧਾ ਮਿੰਟ ਤਾਂ ਮੇਰੇ ਇਹ ਜੀ ਚਲ ਗਿਆ। ਅੱਧਾ ਮਿੰਟ ਮੈਂ ਕੁਛ ਦੇਖੂ, ਕੁਛ ਆੜੀਆਂ ਨਾਲ ਗੱਲਾਂ ਕਰੂੰ। ਹੋਰ ਬਤਾਓ ਗਾਇਸ, ਦਿਲ ਕੀ ਬਾਤ ਹੈ? ਕੁਛ ਸ਼ੇਅਰ ਕੀਆ ਆਪ ਲੋਕ ਸੇ। ਇੱਕ ਹੋਰ ਬਾਤ ਪੁੱਛਣੀ ਆ ਗਾਇਸ, ਆਪ ਲੋਕ ਕਮੈਂਟ ਕਰ ਦਿਆ ਕਰੋ। ਤੇਰਾ ਬਾਈ ਇਸ ਵੀਡੀਓ ਪੇ ਜੋ ਕਮੈਂਟ ਹੋਏਗਾ ਆਪਕਾ ਪੰਜਾਬ ਜ਼ੋਰ ਦੇਗਾ। ਮਨੋਂ ਆਪਾਂ ਨੇ ਕਾਗਜ਼ ਲਾ ਦੇਣੇ ਨੇ। ਕਾਗਜ਼ ਵੀਰੇ, ਕੰਪਨੀ ਵਾਲੇ ਵੀ $1500 ਮੰਗਦੇ ਨੇ, ਤਾਂ ਉਹਨਾਂ ਨੇ ਵਰਕ ਪਰਮਿਟ ਬਣਾ ਕੇ ਗਾਇਸ। ਅਬੇ ਮੈਂ ਖੇਤ ਮੈਂ ਹਾਂ, ਮੈਂ ਰਾ ਸ਼ਾਮ ਕੋ ਘਰੇ ਜਾਊਂਗਾ, ਫਿਰ ਸ਼ਾਮ ਕੋ ਦੇਖਾਂਗੇ ਸਬਸਕ੍ਰਾਈਬ ਕਿਤਨੇ ਹੈ। ਬਾਈ ਗਾਇਸ, ਸਾਡਾ ਕਾਹਦੇ ਨਹੀਂ।